ਹਾਂਜੀ ਦੋਸਤੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਵੇਂ ਸੈਮੈਸਟਰ ਇਗਜ਼ਾਮ ਲੈ ਕੇ ਬਹੁਤ ਹੀ ਵੱਡੀ ਖਬਰ ਤੁਹਾਡੇ ਵਾਸਤੇ ਲੈ ਕੇ ਆ ਗਿਆ। ਇੱਕ ਮੈਂ ਕਮਿਊਨਿਟੀ ਪੋਸਟ ਕੀਤੀ ਸੀ ਉਹਦੇ ਵਿੱਚ ਕਮੈਂਟ ਤਾਂ ਥੋੜੇ ਜਿਹਾ ਆਏ ਲੇਕਿਨ ਬਹੁਤ ਹੀ ਪਾਵਰਫੁਲ ਕਮੈਂਟਸ ਸੀ। ਸਾਰਿਆਂ ਦੇ ਜਵਾਬ ਇਸ ਵੀਡੀਓ 'ਚ ਦਿੱਤੇ ਜਾਣਗੇ। ਨਾਲ-ਨਾਲ ਇਗਜ਼ਾਮ ਦੀ ਗੱਲ ਵੀ ਕਰਾਂਗੇ। ਜਿਹੜੀ ਉਹ ਡੈਮੋ ਵੀਡੀਓ ਮੈਂ ਪਾਈ ਸੀ ਇਗਜ਼ਾਮ ਨੂੰ ਲੈ ਕੇ ਉਹ ਕੀ ਸੀਗੀ ਤੇ ਇਗਜ਼ਾਮ ਕਿਸ ਤਰ੍ਹਾਂ ਲਏ ਜਾਣਗੇ ਫੁੱਲ ਡਿਟੇਲ 'ਚ ਇਸ ਵੀਡੀਓ 'ਚ ਸਮਝਾਵਾਂਗੇ। ਤੁਹਾਨੂੰ ਇੱਕ ਵਾਰ ਫਿਰ ਤੇ ਯੂਨੀਵਰਸਿਟੀ ਕੀ ਫੈਸਲਾ ਲੈਣ ਜਾ ਦੀ ਪੀਪਰਾਂ ਨੂੰ ਲੈ ਕੇ ਕੀ ਕੀ ਫੈਸਲਾ ਹੋਇਆ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਜੀ ਦਿੱਤੀ ਹੋਗੀ ਸਭ ਤੋਂ ਪਹਿਲਾਂ ਇੱਕ ਗੁਜਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲੈਣਾ ਫ੍ਰੀ ਆਫ ਕਾਸਟ ਹੈ ਲਾਲ ਬਟਨ ਆਪਕੇ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਖਬਰ ਪਾਉਣ ਦੇ ਲਈ एग्जाम ਦੀ ਤਿਆਰੀ ਵੀ ਸਾਡੇ ਚੈਨਲ ਤੇ ਚੱਲ ਰਹੀ ਹੈ ਏਵਨ ਸਮੈਸਟਰ ਤੁਹਾਨੂੰ ਪਤਾ ਹੈ ਪੜਾਈ ਮਨ ਨਹੀਂ ਲੱਗ ਰਾ ਦੋਸਤੋ ਘਬਰਾਣੇ ਕੀ ਕੋਈ ਜ਼ਰੂਰਤ ਨਹੀਂ ਕਿਉਂਕਿ ਸਭੀ ਦਾ ਸਮਾਧਾਨ ਹੈ ਡਾਊਨਲੋਡ ਐਪ अगर आपसे कोई भी सवाल हल नहीं हो रहा है उसका सलूशन नहीं मिल रहा उसकी फ़ोटो लेनी है उसे क्रॉप करना है और पाँच सेकंड के अंदर अंदर आपको उसका वीडियो सलूशन मिल जाएगा चाहे वो आपका क्वेश्चन होमवर्क का हो सीबीएसई बोर्ड यूपी बिहार मध्य प्रदेश राजस्थान एमपी पी या फिर किसी और स्टेट बोर्ड का हो आई आई टी जेई मीन और एडवांस सभी के सवालों के आप इस ऐप पर से सिर्फ क्लास का हर एक सवाल डाउनलोड ऐप पर सब्जेक्ट फिजिक्स केमिस्ट्री मैथ बायोलॉजी सभी के सवालों के जवाब डाउनलोड ऐप पर अब डाउनलोड पर पढ़ी है कोटा की बेस्ट फैकल्टी जहाँ जी बी सर एनजी सर कांक्षा मैम प्रिंस सर जैसे टॉप टीचर्स जैसे अभी पढ़ाई होगी पूरी डाउनलोड ऐप पर तीन करोड़ से ज्यादा स्टूडेंट्स पर ट्रस्ट करते हैं अभी जाइए और डाउनलोड कीजिए डाउनलोड ऐप शुरू हो जाए प्रैक्टिकल यूनिवर्सिटी नूनवर्सिटी ऑफिशियल नोटिफिकेशन ਜਾਰੀ ਕਰ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਆਪਾਂ ਪ੍ਰੈਕਟੀਕਲ ਇਗਜ਼ਾਮ ਦੀ ਗੱਲ ਕਰਦੇ ਆ ਪ੍ਰੈਕਟੀਕਲ ਇਗਜ਼ਾਮ ਯੂਜੀ ਐਂਡ ਪੀਜੀ ਜੂਸ ਹੋਲ ਸਾਰੇ ਵਿਦਿਆਰਥੀਆਂ ਦੀ 15 ਜੂਨ ਤੋਂ ਲੈ ਕੇ 26 ਜੂਨ ਤੱਕ ਲਾਸਟ ਫਾਈਨਲ ਕਰ ਲਏ ਜਾਣੇ ਆ ਮਤਲਬ 26 ਜੂਨ ਤੱਕ ਤੁਹਾਡੇ ਜਿਹੜਾ ਕੰਪਲੀਟ ਹੋ ਜਾਣੇ ਆ ਆਨਲਾਈਨ ਮੋਡ ਵਿੱਚ ਲੈ ਜਾਣਗੇ ਠੀਕ ਹੈ ਪ੍ਰੈਕਟੀਕਲ ਇਗਜ਼ਾਮ ਇਹਦਾ ਅਫੀਸ਼ਲ ਨੋਟੀਫਿਕੇਸ਼ਨ ਆ ਚੁੱਕਾ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਹਾਂਜੀ ਦੋਸਤੋ ਜੇਕਰ ਆਪਾਂ ਗੱਲ ਕਰੀਏ ਪੇਪਰਾਂ ਵਿੱਚ ਕੈਮਰੇ ਹੋਣਗੇ ਜਾਂ ਨਹੀਂ ਇਹ ਸਭ ਤੋਂ ਪਹਿਲਾ ਪੁਆਇੰਟ ਸਾਡਾ ਪਹਿਲਾ ਡਿਸਕਸ ਆਪਾਂ 5 ਪੁਆਇੰਟ ਵਿੱਚ ਡਿਸਕਸ ਕਰਾਂਗੇ ਪੇਪਰਾਂ ਵਿੱਚ ਕੈਮਰੇ ਹੋਣਗੇ ਜਾਂ ਨਹੀਂ ਹਾਂਜੀ ਦੋਸਤੋ ਜੇਕਰ ਆਪਾਂ ਗੱਲ ਕਰੀਏ ਅਫੀਸ਼ਲ ਨੋਟੀਫਿਕੇਸ਼ਨ ਜਿਹੇ ਤੱਕ ਪੰਜਾਬ ਯੂਨੀਵਰਸਿਟੀ ਚ ਨਿਕਲ ਬਲੋ ਕੋਈ ਵੀ ਅਫੀਸ਼ਲ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਕੈਮਰਾ ਨੂੰ ਲੈ ਕੇ ਹਜੇ ਜਿਹੜੇ ਉਪਰ ਕੋਟਡ ਮੂਡ ਦੇ ਵਿੱਚ ਜਿਹੜੇ ਐਗਜ਼ਾਮ ਲਏ ਜਾਣੇ ਆ ਸੌਫਟਵੇਅਰ ਦੇ ذریعے ਜਿਹੜੀ ਏਜੰਸੀ ਦੁਆਰਾ ਲਏ ਜਾਣੇ ਆ ਉਹਨਾਂ ਨੇ ਆਪਣਾ ਟ్రਾਇਲ ਕਰਕੇ ਦਿਖਾ ਦਿੱਤਾ ਹੈ ਉਹ ਹੁਣ ਫਾਈਨੈਂਸ਼ੀਅਲ ਡਿਪਾਰਟਮੈਂਟ ਕੋਲ ਗਿਆ ਹੋਇਆ ਵਾ ਫਾਈਨੈਂਸ਼ੀਅਲ ਡਿਪਾਰਟਮੈਂਟ ਮਤਲਬ ਨੇ ਜੇਕਰ ਪੰਜਾਬ ਯੂਨੀਵਰਸਿਟੀ ੰਡੀਗਰ ਦੇ ਬਜਟ ਦੇ ਵਿੱਚ ਉਹ ਸੌਫਟਵੇਅਰ ਆਊਗਾ ਤਾਂ ਯੂਨੀਵਰਸਿਟੀ ਐਗਜ਼ਾਮ ਉਸ ਤਰ੍ਹਾਂ ਹੀ ਲਵੇਗੀ ਨਹੀਂ ਤਾਂ ਫਿਲਹਾਲ ਜਿਸ ਤਰ੍ਹਾਂ ਆਨਲਾਈਨ ਐਗਜ਼ਾਮ ਹੁੰਦੇ ਨੇ ਉਸ ਤਰ੍ਹਾਂ ਹੀ ਲਾਊਗੀ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਇੱਕ ਹਫ਼ਤੇ ਤੱਕ ਤੁਹਾਡੇ ਕੋਲ ਸਾਹਮਣੇ ਆ ਜਾਊਗਾ ਕਿ ਉਹ ਡਿਪਾਰਟਮ ਲੈ ਜਾਣਗੇ ਜਾਂ ਨਹੀਂ ਠੀਕ ਹੈ ਤੁਸੀਂ ਆਪਣੀ رائے ਮੈਨੂੰ ਕਮੈਂਟ ਬਾਕਸ ਵਿੱਚ ਦੇਣੀ ਹੈ ਕਿ ਪੇਪਰ ਉਸ ਤਰ੍ਹਾਂ ਲੈਣੇ ਚਾਹੀਦੇ ਜਾਂ ਨਹੀਂ ਮੈਨੂੰ ਪਲੀਜ਼ ਕਮੈਂਟ ਕਰਕੇ ਦੱਸਿਓ ਠੀਕ ਹੈ ਇਹਦਾ ਮਤਲਬ ਪਹਿਲਾ ਸਾਡਾ ਇੱਥੇ ਕਲੀਅਰ ਹੋ ਗਿਆ ਕਿ ਪੇਪਰਾਂ ਵਿੱਚ ਕੈਮਰੀ ਹੋਣਗੇ ਜਾਂ ਨਹੀਂ ਮਤਲਬ ਹਜੇ ਕੋਈ ਵੀ ਅਸਲੀ ਫੈਸਲਾ ਨਹੀਂ ਹੋਇਆ ਕਿ ਪੇਪਰ ਤੇ ਕੈਮਰੇ ਹੋਣਗੇ ਜਾਂ ਫਿਰ ਨਹੀਂ ਹੋਣਗੇ ਆਫੀਸ਼ਲ ਨੋਟੀਫਿਕੇਸ਼ਨ ਦਾ ਇੰਤਜ਼ਾਰ ਸਾਰੇ ਬੱਚੇ ਹੀ ਕਰ ਰਹੇ ਆ ਆਪਾਂ ਵੀ ਕਰ ਰਹੇ ਆ ਤੁਹਾਨੂੰ ਜਦੋਂ ਵੀ ਜਦੋਂ ਆ ਗਿਆ ਆਫੀਸ਼ਲ ਨੋਟੀਫਿਕੇਸ਼ਨ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਿੰਦੇ ਆ ਜੇਕਰ ਪੇਪਰ ਕੈਮਰਿਆਂ ਦੇ ਰਾਹੀਂ ਹੋਏ ਤਾਂ ਤੁਹਾਨੂੰ ਤਿਆਰੀ ਕਰਨੀ ਪੈਣੀ ਹੈ ਕਿਉਂਕਿ ਉੱਚ ਆਪਾਂ ਨਕਲ ਨਹੀਂ ਮਾਰ ਸਕਦੇ ਜੇਕਰ ਆਪਾਂ ਸੈਕਿੰਡ ਦੀ ਗੱਲ ਕਰੀਏ ਜਿਹੜੇ ਬਾਕੀ ਰਿਜ਼ਲਟ ਬੀਏ ਬੀਐਸਸੀ ਦੇ ਰਿਜ਼ਲਟ ਜਿਹੜੇ ਆਏ ਨਹੀਂ ਹੈਗੇ ਫਸਟ ਸੈਕਿੰਡ 3rd ਸੈਮ ਜਿਹੜੇ ਵੀ ਹੈਗੇ ਸੀਗੇ ਉਹਨਾਂ ਦੇ ਰਿਜ਼ਲਟ ਨਹੀਂ ਆਏ ਉਹ ਕਦੋਂ ਆਉਣਗੇ ਰਿਜ਼ਲਟ ਉਹਨਾਂ ਦੀ ਗੱਲ ਕਰੀ ਤੇ ਰਿਜ਼ਲਟ ਹਰ ਰੋਜ਼ ਐਮ ਐਸ ਸੀ ਬੀ ਐਸ ਸੀ ਕੱਲ ਵੀ ਬੀ اے ਐਮ ਐ ਦੇ ਦੋ ਰਿਜ਼ਲਟ ਆਏ ਨੇ ਮਤਲਬ ਰਿਜ਼ਲਟ ਦੋ ਦੋ ਕਰਕੇ ਅਨਾਉਂਸ ਕੀਤੇ ਜਾ ਰਹੇ ਨੇ ਤੁਹਾਨੂੰ ਮੈਂ ਕਹਿ ਰਿਹਾ 15 ਜੂਨ ਤੱਕ ਸਾਰੇ ਰਿਜ਼ਲਟ ਅਨਾਉਂਸ ਕਰ ਦਿੱਤੇ ਜਾਣਗੇ ਜੇਕਰ ਫਿਰ ਵੀ ਬਚੇ ਤਾਂ ਉਹ ਆਪਣੇ ਇਗਜ਼ਾਮ ਸ਼ੁਰੂ ਹੋਣ ਤੋਂ ਪਹਿਲਾਂ ਡਿਕਲੇਅਰ ਹੋ ਜਾਣਗੇ ਮਤਲਬ ਰਿਜ਼ਲਟ ਤੁਹਾਡੇ ਆ ਰਹੇ ਨੇ ਹਰ ਰੋਜ਼ ਤੁਸੀਂ ਯੂਨੀਵਰਸਿਟੀ ਦੀ ਵੈਬਸਾਈਟ ਚੈੱਕ ਰਿਆ ਕਰੋ ਰੋਜ਼ ਰੋਜ਼ ਉਸ ਕੋਈ ਨਾ ਕੋਈ ਰਿਜ਼ਲਟ ਆਉਂਦਾ ਹੀ ਰਹਿੰਦਾ ਠੀਕ ਹੈ ਥਰਡ ਗੱਲ ਕਰੀਏ ਪੇਪਰ ਲੈ ਕੇ ਕੀ ਫੈਸਲਾ ਆਇਆ ਤੁਹਾਨੂੰ ਮੈਂ ਪਹਿਲੇ ਦੱਸ ਸਕਿਆ ਕਿ ਜਿਹੜਾ ਫੈਸਲਾ ਉਹ ਕੰਪਲੀਟ ਹੋ ਚੁੱਕਿਆ ਹੈ एग्जाम ਨੂੰ ਲੈ ਕੇ ਲੇਕਿਨ ਫਾਈਨੈਂਸ਼ੀਅਲ ਡਿਪਾਰਟਮੈਂਟ ਕੋਲ ਚਿੱਠੀ ਗਈ ਹੋਈ ਹੈ ਫਾਈਨੈਂਸ਼ੀਅਲ ਡਿਪਾਰਟਮੈਂਟ ਮਤਲਬ ਪੈਸਿਆਂ ਦਾ ਡਿਪਾਰਟਮੈਂਟ ਮਤਲਬ ਯੂਨੀਵਰਸਿਟੀ ਬਜਟ ਕਲੀਅਰ ਕਰ ਰਹੀ ਹੈ ਕਿ ਬਜਟ ਦੇ ਵਿੱਚ ਆ ਰਿਹਾ ਜਾਂ ਨਹੀਂ ਉਸ ਤੋਂ ਬਾਅਦ ਹੀ ਕੋਈ ਆਖਰੀ ਫੈਸਲਾ ਲਿਆ ਜਾਊਗਾ ਮੀਟਿੰਗ ਦੇ ਦੌਰਾਨ ਠੀਕ ਹੈ ਮਤਲਬ ਹਾਲੇ ਕੋਈ ਵੀ ਫੈਸਲਾ ਨਹੀਂ ਹੋਇਆ ਫੈਸਲਾ ਹੁਣ ਆ ਬਾਕੀ ਦੇ ਇੱਕ ਚੌਥੇ ਗੱਲ ਕਰੀ ਯੂਨੀਵਰਸਿਟੀ ਐਗਜ਼ਾਮ ਕਿਸ ਤਰ੍ਹਾਂ ਲੈਵੇਗੀ ਯੂਨੀਵਰਸਿਟੀ ਜਿਵੇਂ ਗੁਰਨਾਥ ਦੇ ਵੀ ਯੂਨੀਵਰਸਿਟੀ ਨੇ ਪ੍ਰੋਕਲਡ ਮੂਡ ਵਿੱਚ ਆਨਲਾਈਨ ਮੂਡ ਵਿੱਚ ਮਤਲਬ ਸੌਫਟਵੇਅਰ ਦੇ ذریعے ਲੈ ਰਹੀ ਹੈ ਯੂਨੀਵਰਸਿਟੀ ਵੀ ਉਸ ਤਰ੍ਹਾਂ ਹੀ ਲੈਵੇਗੀ ਸ਼ਾਇਦ ਪੰਜਾਬ ਯੂਨੀਵਰਸਿਟੀ ਨਗਰ ਪਰ ਉਹਨਾਂ ਨੇ ਦੋ ਆਪਸ਼ਨਾਂ ਰੱਖਿਆ ਨਹੀਂ ਪੰਜਾਬ ਯੂਨੀਵਰਸਿਟੀ ਨੇ ਇਹ ਜੀ ਕੋਈ ਵੀ ਦੋ ਆਪਸ਼ਨਾਂ ਨਹੀਂ ਰੱਖਿਆ ਹੈ ਇਸ ਕਰਕੇ ਯੂਨੀਵਰਸਿਟੀ ਆਨਲਾਈਨ ਹੀ ਐਗਜ਼ਾਮ ਲਹੂਗੀ ਇਹ ਚੰਗੀ ਤਰ੍ਹਾਂ ਕਲੀਅਰ ਆ ਪਰ ਜੇਕਰ ਉਹ ਸੌਫਟਵੇਅਰ ਜਰੀ ਰਹੇਗੀ ਤਾਂ ਬੱਚਿਆਂ ਲਈ ਬਹੁਤ ਜ਼ਿਆਦਾ ਪਰੇਸ਼ਾਨੀ ਹੋਊਗੀ ਕਿਉਂਕਿ ਸੌਫਟਵੇ ਅੰਜਮਾ ਪੁਆਇੰਟ ਸੀਗਾ ਈਵਨ ਸਮੈਸਟਰ ਅਫੀਸ਼ੀਅਲ ਨੋਟੀਫਿਕੇਸ਼ਨ ਕਦੋਂ ਆਊਗਾ ਈਵਨ ਸਮੈਸਟਰ ਇਗਜ਼ਾਮ ਨੂੰ ਲੈ ਕੇ ਅਫੀਸ਼ੀਅਲ ਨੋਟੀਫਿਕੇਸ਼ਨ ਤੁਹਾਨੂੰ ਇੱਕ ਹਫ਼ਤੇ ਦੇ ਅੰਦਰਦਰ ਨਜ਼ਰ ਆ ਜਾਊਗਾ ਕਿਉਂਕਿ ਫਾਈਨੈਂਸ਼ੀਅਲ ਡਿਪਾਰਟਮੈਂਟ ਨੇ ਆਪਣਾ ਫੈਸਲਾ ਲੈਣਾ ਜਿਵੇਂ ਹੰ ਸੈਟਰਡੇ ਤੇ ਸੰਡੇ ਬੰਦ ਹੈ 100% ਕੋਈ ਨਾ ਕੋਈ ਖ਼ਬਰ ਸਾਡੇ ਸਾਹਮਣੇ ਆ ਸਕਦੀ ਹੈ ਯੂਨੀਵਰਸਿਟੀ ਈਵਨ ਸਮੈਸਟਰ ਇਗਜ਼ਾਮ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਇਹਨਾਂ ਨੇ ਸੌਫਟਵੇਅਰ ਦੇ ਏਰੀਆ ਪੇਪਰ ਲੈਣੇ ਆ ਤਾਂ ਜੇਕਰ ਨੈਟਵਰਕ ਟੁੱਟਦਾ ਹੈ ਸਾਡੀ ਕੋਈ ਗਲਤੀ ਨਾ ਮੰਨੀ ਜਾਵੇ ਦੂਸਰਾ ਪੁਆਇੰਟ ਇਹ ਸੀ ਕਿ ਉਹ ਫਿਰ ਆਪਣੀ ਪੜ੍ਹਾਈ ਸ਼ੁਰੂ ਕਰ ਦੇਣਗੇ ਜਦੋਂ ਹੀ ਅਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਜੇਕਰ ਦੂਸਰੇ ਤਰ੍ਹਾਂ ਹੁੰਦੇ ਆ ਪੇਪਰ ਪ੍ਰਕਾਟਡ ਮੂਡ ਦੇ ਵਿੱਚ ਤਾਂ ਯੂਨੀਵਰਸਿਟੀ ਵੱਲੋਂ ਤਾਂ ਵਿਦਿਆਰਥੀ ਨੇ ਆਪਣੀ ਸਟੱਡੀ ਵੀ ਸ਼ੁਰੂ ਕਰਨੀ ਹੈ ਠੀਕ ਹੈ ਕਿਉਂਕਿ ਹਜੇ ਸਿਲੇਬਸ ਵੀ ਕੰਪਲੀਟ ਨਹੀਂ ਹੋਇਆ ਜੇ ਮਿਡ ਸੈਮੈਸਟਰ ਐਗਜ਼ਾਮ ਕਈ ਬੱਚਿਆਂ ਦੇ ਆਲਰੇਣੀ ਠੀਕ ਹੈ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੀ ਜੇਕਰ ਕੋਈ ਹੋਰ ਲੇਟਸ ਅਪਡੇਟ ਆਉਣੀ ਹੈ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਧੰਨਵਾਦ